ਹਾਂ ਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਜੀ। ਤਿੰਨ ਬਾਈ ਤਾਜ਼ੀਆਂ ਸੂਈਆਂ ਵੀ, ਇੱਕ ਗੱਭਣ, ਆਓ ਪੁੱਛ ਲੈਣੇ ਬਾਈ ਤੁਹਾਡੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ? ਵਧੀਆ ਜੀ, ਬਹੁਤ ਵਧੀਆ ਜੀ। ਨਾਮ ਤੇ ਐਡਰੈਸ ਬੋਲ। ਨਾਮ ਡਾਕਟਰ ਕਾਲਾ ਸਿੰਘ, ਪਿੰਡ ਦੀਪਗੜ੍ਹ, ਜ਼ਿਲ੍ਹਾ ਬਰਨਾਲਾ। ਤਹਿਸੀਲ ਬਾਈ ਤਪਾ। ਨੇੜੇ ਪਿੰਡ ਬਾਈ? ਨੇੜੇ ਆਪਾਂ ਨੂੰ ਭਦੌੜ ਆ ਗਿਆ, ਇੱਧਰ ਰਾਮਗੜ੍ਹ ਆ ਗਿਆ। ਮੋਬਾਈਲ ਨੰਬਰ ਬੋਲ ਦਿਓ। 99-158-10-180। ਠੀਕ ਹੈ ਬਾਈ। ਬਾਈ ਜਿਹੜੀ ਪਹਿਲੇ ਨੰਬਰ ਤੇ ਵੈੜ ਦੇ ਰਹੇ, ਕਿਹੜਾ ਸੂਆ ਸੂਈ ਹੈ? ਇਹ ਦੂਜਾ ਸੂਆ ਸੂਈ ਹੈ ਡਾਕਟਰ, 2 ਘੰਟੇ ਹੋ ਗਏ ਸੂਈ ਨੂੰ। 2 ਘੰਟੇ ਹੋ ਗਏ? ਹਾਂ, ਸੀਲ ਠੰਡੀ ਪੂਰੀ ਵਾਲੇ ਲੈ, ਜਿਵੇਂ ਮਰਦੀ ਆ ਉੱਥੇ ਲਾਈ ਚੱਲ, ਕਹਿੰਦੀ ਕੁਛ ਨੀ। ਬੱਚਾ ਕੀ ਦੇਤਾ? ਇਹਨੇ ਬੱਛੀ ਦਿੱਤੀ। ਬੱਚੀ ਇਕੱਠੀਆਂ ਸੂਈਆਂ। ਹਾਂ, ਆਹ 2 ਘੰਟੇ ਪਹਿਲਾਂ ਸੂਈ ਵੀ ਹੈ। ਬੱਛੀ ਬੜੀ ਚੰਗੀ ਆ, ਬੱਛੀ ਦੇ ਜੇਰ ਪੈਣੀ ਬਾਕੀ ਹਜੇ ਵੈੜ ਦੀ। 2 ਘੰਟੇ ਹੋਏ ਆ ਸੂਈ। ਹਾਂ, ਜਿਵੇਂ ਮਰਜ਼ੀ ਬਹਿ ਜਾ ਥੱਲੇ, ਕੋਈ ਡਿੱਪੋ ਨਹੀਂ ਖਾਣ। ਫੁੱਲ ਚੰਗੀਆਂ ਕੱਲਾ ਹਾਂ, ਤੋੜ ਕੇ ਦਿਖਾ ਦਿੰਦੇ ਆਪਾਂ। ਬੱਛੀ ਬਹੁਤ ਵਧੀਆ ਦਿੱਤੀ ਆ, ਦਿਖਾ ਦੇ। ਵੱਡੀ ਗੱਲ, ਬੱਚਾ ਮਗਰ ਬੱਚੀ ਆ, ਬੱਚੀ ਨੇ ਵੀ 1.5 ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ। ਵੈੜ ਵੀ ਖੈਰ ਚੰਗੀ ਆ, ਸੂਈ ਸਵਾਈ ਆ, ਥਾਂਲੇਵਾ ਕਮਾਲ ਦਾ, ਮੁੱਠੀ ਵਾਲਾ ਥਾਂ ਆ, ਕੱਲਾ ਕੱਲਾ ਥਾਂ। ਚਵਾਈ ਕਿਵੇਂ ਆ? ਇੱਕ ਨੰਬਰ ਜਮਾ ਡਾਟ ਕੱਢਿਆ, ਚਵਾਈ ਵੀ ਬਾਈ ਕਹਿੰਦਾ ਇੱਕ ਨੰਬਰ। ਠੀਕ ਆ। ਤੋਰਾ ਤਾਰਾ ਦੇਖੋ, ਵੜ ਦਾ ਫੁੱਲ ਕੱਦ ਸਮੀ ਪਲੀ, ਇਹ ਨਹੀਂ ਵੀ ਗਰਮ ਗਰਮ ਹੁੰਦਾ। ਲੈ ਕਹਿੰਦੀ ਕੁਛ ਨੀ, ਜਿਵੇਂ ਮਰਜ਼ੀ ਬੈਠਾ ਰਹੇ, ਕੋਈ ਚੱਕਰ ਹੀ ਨੀ। ਵਿੜ ਦੇ ਵਿਚਾਲੇ ਖੜਾ ਲਈ ਬਾਈ ਨੇ, ਮੋਏ ਨਾਲ ਹੱਥ ਲਾਈ ਜਾਂਦਾ, ਕੋਈ ਚੱਕਰ ਨੀ। ਕਿੰਨਾ ਦੁੱਧ ਦੇ ਦੂ ਕਾਲੇ? ਦੁੱਧ ਡਾਕਟਰ ਦੇ ਦੂ 17-18 ਲੀਟਰ ਦੁੱਧ ਮੌਜ ਨਾਲ ਦੇ ਦੂ। ਤੇ ਮੁੱਲ ਕੀ ਇਹਦਾ? ਜਾਇਜ਼ ਆ ਫਿਰ? ਮੁੱਲ ਇਹਦਾ ਬਸ ਜਾਇਜ਼ ਆ, ਆਪਾਂ ਦੇ ਦਿਆਂਗੇ 60 ਦੀ ਵੈੜ ਦੇ ਦਿਆਂਗੇ। ਮਾਨਤਾਨ ਹੋ ਜੂ? ਬਾ ਮਾਨਤਾਨ ਕਰ ਦਿਆਂਗੇ ਥੋੜਾ ਜਿਹਾ ਵਿੱਚੋਂ। 60,000 ਰੁਪਇਆ ਮੁੱਲ ਆ, ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ। ਮੁੱਲ ਜਾਇਜ਼ ਆ ਬਈ, ਸੂਈ ਸਵਾਈ ਆ, ਥਣ ਲੈ ਬਾਬਾ। ਸੀਲ ਠੰਡੀ ਦਾ ਜਿਹੇ ਕੋਈ ਹੱਥ ਬੰਨਣ ਲਾਵੇ ਆਈ ਭੇਜ ਲੈ। ਕਿਆ ਬਾਤ ਆ ਅੱਗੇ 2 ਨੰਬਰ ਤੇ ਕਿਹੜਾ ਸੂਆ ਸੂਈ ਹੈ? ਇਹ ਵੀ ਦੂਜੇ ਸੂਆ ਸੂਈ ਹੈ ਡਾਕਟਰ, ਜਰਸੀ ਕਰੋਸ ਇਹਨੇ ਬੱਸਾ ਦਿੱਤਾ, ਇਹਨੂੰ 4-5 ਘੰਟੇ ਹੋ ਗਏ ਸੂਈ ਨੂੰ। ਠੀਕ ਆ, ਬੱਚਾ ਬੱਚਾ ਇਹ ਇਹਦੀ ਬਾਕੀ ਹੈ ਪੈਣੀ। ਠੀਕ ਆ, ਇਹ ਬੱਛਾ ਪਿੱਛੇ। ਠੀਕ ਆ, ਸੀਲ ਠੰਡੀ ਇਹ ਵੀ ਪੂਰੀ ਹੈ, ਜਿਵੇਂ ਮਰਜ਼ੀ ਆ, ਜਿਵੇਂ ਮਰਜ਼ੀ ਬਹਿ ਜਾ ਲੈ, ਕੋਈ ਨਹੀਂ, ਕਹਿੰਦੀ ਕੁਛ ਨਹੀਂ ਹੈ ਨਾ। ਹਾਂ, ਜਰਸੀ ਕਰੋਸ ਆ। ਚਵਾਈ ਚਵੀ ਕਿਵੇਂ? ਇੱਕ ਨੰਬਰ ਕੱਢਿਆ ਦੁੱਧ, 2-2.5 ਕਿਲੋ ਉਹ ਕੱਢ ਕੇ ਰੱਖਿਆ ਪਿਆ ਖੀਰ ਤੇ। ਖੋਲੀ ਬਈ ਤੋਰੀ, ਫੜ ਤੋਈ। ਵੱਡੀ ਗੱਲ, ਗਰਮੀ ਨਹੀਂ ਮੰਨਦੀ ਤੇ ਫੈਂਟ ਆ ਜਿਹੜੀ ਕਰਮ ਵਾਲੀ ਦੀ, ਫੁੱਲ ਚੰਗੀ ਉਹ ਸੂਈ ਸਵਾਈ ਆ, ਬੱਚਾ ਕਰਮ ਵਾਲੀ ਨੇ ਬੱਚਾ ਦੇਤਾ, ਜੇਰ ਪੈਣੀ ਬਾਕੀ ਆ, ਥੋੜਾ ਟਾਈਮ ਹੀ ਹੋਇਆ ਹਜੇ ਸੂਈ ਨੂੰ। ਤੋਰਾ ਤਾਰਾ ਦੇਖੋ ਬਈ, ਸਮੀ ਪਲੀ ਰਾਜੀ ਰੋਜੀ ਫੁੱਲ ਕੀ ਮੁੱਲ ਆ ਬਈ? ਜਾਇਜ਼ ਜਰਾ ਡਾਕਟਰ, 65 ਚੋਂ ਮਾਨਤਾਨ ਕਰ ਦਿਆਂਗੇ। 65,000 ਰੁਪਇਆ ਮੁੱਲ ਆ, ਮਾਨਤਾਨ ਜ਼ਰੂਰ ਹੋ ਜੂਗਾ, ਮੁੱਲ ਜਾਇਜ਼ ਆ ਬਈ। ਆਰਡਰ ਦੇਖੋ, ਆਰਡਰ ਕਮਾਲ ਦਾ ਬੌਲਾ ਕੱਢ ਲਿਆ, ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਬਈ। ਮੁੱਠੀ ਵਾਲਾ ਥਾਣਾ, ਕੱਲਾ ਕੱਲਾ ਥਾਣ, ਮੁੱਲ ਤਾਂ ਸਹੀ ਹੈ, 65,000 ਰੁਪਇਆ ਮਾਨਤਾਨ ਜ਼ਰੂਰ ਹੋ ਜੂਗਾ। ਅੱਗੇ ਬਈ, 3 ਨੰਬਰ ਤੇ ਕਿਹੜਾ ਸੂਆ ਸੂਈ ਹੈ? ਇਹ ਡਾਕਟਰ ਜਰਸੀ, ਦੂਜਾ ਸੂਆ ਸੂਈ ਆ। ਕਦੋਂ ਸੂਈ ਆ ਬਈ? ਇਹਨੂੰ ਸੂਈ ਨੂੰ ਹੋ ਗਿਆ 6-7 ਦਿਨ। ਠੀਕ ਆ, 10 ਕਿਲੋ ਬੋਲਾ ਹੁਣ ਤਿਆਰ ਆ, ਮਿਰਚੀ ਜਮਾ ਲੀਟਰਾਂ ਨਾਲ ਜਮਾ ਤਿਆਰ ਆ 10 ਕਿਲੋ। ਬੱਚਾ ਕੀ ਆ ਬਈ? ਬੱਸਾ ਪਿੱਛੇ ਬੱਚਾ ਬਈ, ਇਹ ਕੀ ਜੇਕਰ ਆਪਾਂ ਸੂਈ ਸੋਈ ਲਈ ਆ। ਹਾਂ, ਆਰਡਰ ਬੜਾ ਚੰਗਾ ਥਾਣ, ਬਹੁਤ ਚੰਗਾ ਮੁੱਠੀ ਵਾਲਾ ਥਾਣ। ਚਵਾਈ ਚੁਈ ਕਿਵੇਂ? ਚਵਾਈ ਚੁਈ ਇੱਕ ਨੰਬਰ ਹੈ। ਠੀਕ ਆ, ਹਾਂ ਜਮਾ ਪੂਰੀ ਡੋਬਲੀ ਹੋਈ ਆਇਆ ਉੱਥੇ। ਲੈ ਬਈ, ਤੋਰਾ ਤਾਰਾ ਚੈੱਕ ਕਰ ਲਓ, ਆਰਡਰ ਕਮਾਲ ਦਾ, ਮੁੱਠੀ ਵਾਲਾ ਥਾਣ, ਕੱਲਾ ਕੱਲਾ ਥਾਣ, ਫੇਸ ਬੜਾ ਚੰਗਾ ਹਨ, ਫੇਸ ਚੰਗਾ, ਰੰਗ ਰੂਪ ਚੰਗਾ, ਚੰਗੀ ਆ, ਜਰਸੀ ਆ ਬਈ। ਮੁੱਲ ਕੀ ਇਹਦਾ? ਜਾਣ ਵਾਲੀ ਹੈ ਡਾਕਟਰ, ਇਹ ਮੁੱਲ ਲੈਣ ਦੇਣ ਆਪਾਂ 47,000 ਹੀ ਦੇ ਦੇਣ। 47,000 ਰੁਪਇਆ ਮੁੱਲ ਆ, ਮਾਨਤਾਨ ਹੋ ਜੂ? ਮਾਨਤਾਨ ਕਰ ਦਿਆਂਗੇ, ਥੋੜਾ ਘਣਾ ਮੁੱਲ ਜਾਇਜ਼ ਆ ਬਈ, 47,000 ਰੁਪਇਆ ਮਾਨਤਾਨ ਜ਼ਰੂਰ ਹੋ ਜੂਗਾ। ਅੱਗੇ ਵੀਰੇ, ਲਾਸਟ ਤੇ ਗੱਭਣਾ, ਇਹ ਗੱਭਣ ਹੈ, ਬੈਠ ਹਜੇ ਦਿਨ 10 ਲੈਂਦੀ ਹੈ, 10 ਦਿਨਾਂ ਦੀ ਕੱਚੀ ਆ ਬਈ। ਆਰਡਰ ਦੇਖੋ, ਆਰਡਰ ਬੜਾ ਚੰਗਾ ਹੈ, ਢੁੱਲਾ ਢੁੱਲਾ ਲੈ, ਬਹੁਤ ਪਈ, ਹਾਂ ਥਣ ਥਣ, ਬਹੁਤ ਚੰਗਾ ਦੁੱਧ, 20-22 ਲੀਟਰ ਦਿੱਤਾ। ਹਾਂ, ਫੁੱਲ ਕੱਦ ਦਾ ਸਮੀ ਪੜੀ ਆ, ਰਾਜੀ ਆ, ਫਿਰ
ਮੁੱਠੀ ਵਾਲਾ ਖਾਣ ਲੱਗਿਆ, ਫੇਸ ਬੜਾ ਚੰਗਾ ਕਰਨਾ। ਕਿੰਨਾ ਕੁ ਦੁੱਧ ਦੇ ਦੂਗਾ ਇਹ? ਡਾਕਟਰ ਦੁੱਧ ਦੇਊ 20 ਲੀਟਰ, ਇਹ 20 ਲੀਟਰ ਹੈ ਪੱਕਾ ਦੇਊਗੀ ਤਾਂ। ਠੀਕ ਹੈ, ਹਾਂ ਮੁੱਠੀ ਵਾਲਾ ਥਾਣਾ, ਗੁਲਾਬੀ ਥਾਣਾ, ਫੁੱਲ ਕੱਦ ਸੱਤ। ਨਾਗ ਸੀ ਭਰਾ ਕੋਲੇ ਚਾਰ ਚਾਰ ਹੀ ਦਿਖਾ ਤੇ, ਕਿਸੇ ਵੀਰ ਨੂੰ ਚਾਰਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ।